ਬਾਲਾ ਸਿੰਘ ਜੀ, ਇਹ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਰਿਸ਼ਵਤ ਦਾ, ਲੈ ਕੇ ਇਹ ਕੀ ਮਾਮਲਾ ਸੀ ਔਰ ਕੀ ਸਾਡੇ ਘਰ ਨੇ ਰੇਡ ਕੀਤਾ ਹੈ? ਮਹੀਨਾ ਹੋ ਚੱਲਿਆ ਤੇ ਇਹਨੇ ਸਾਡੇ ਘਰ ਤਲਾਸ਼ੀ ਲਈ ਕੋਈ ਚੀਜ਼ ਨਹੀਂ ਮਿਲੀ। ਸਾਡੇ ਮੋਟਰਸਾਈਕਲ ਇਹਨੇ ਥੱਲੇ ਆਉਂਦਾ ਚੁੱਕ ਕੇ ਮੁੜਕੇ ਇਹਨੂੰ ਅਸੀਂ ਆਣ ਕੇ ਮੁੰਡੇ ਜਿੱਥ ਹੋ ਗਈ ਮੁੜਕੇ ਸਾਡੇ ਮਹੀਨਾ ਆਇਆ ਨਹੀਂ ਗਿਆ। ਮਹੀਨੇ ਤੋਂ ਬਾਅਦ ਆਏ ਹਾਂ ਅਤੇ ਹੁਣ ਮੋਟਰਸਾਈਕਲ ਦੇ ਰੁਪਈਏ ਮੰਗਣ ਲੱਗ ਪਿਆ ਹੁੰਦਾ ਵੀ ਪੈਸੇ ਦਿਓ ਮੋਟਰਸਾਈਕਲ ਲਏ ਅਤੇ 15,000 'ਚ ਗੱਲ ਹੋਈ ਅਤੇ 10,000 ਰੁਪਈਆ ਨੂੰ ਦਿੱਤਾ। ਉਹ ਇਹਨਾਂ ਤੋਂ ਜਿਵੇਂ ਇਹਨਾਂ ਨੇ ਅਫਸਰਾਂ ਨਾਲ ਗੱਲ ਕਰਕੇ ਦਿੱਤੇ ਨੇ ਉਹ ਅਤੇ ਇਹ ਇਹ ਕੀ ਨਾਮ ਕੀ ਸੀ? ਕਹਿੰਦੇ ਨਾ ਜੀ ਓਮ ਪ੍ਰਕਾਸ਼ ਹਾਂਡਾ। ਅੱਛਾ, ਇਹ ਕਿੱਥੇ ਲੱਗੇ? ਕਿੱਥੇ? ਇਹ ਸੀਗੇ ਸਟਾਫ 'ਚ। ਅੱਛਾ, ਹਾਂਜੀ। ਨਸ਼ਾ ਹੋਣ ਤੇ ਅਸੀਂ ਕੀ ਕਰੀਏ। ਇਹ 2-3 ਵਾਰ ਅੱਗੇ ਵੀ ਸਗੋਂ ਇਹਨੇ ਸਾਡੇ ਤੋਂ ਰੁਪਈਏ ਇਸ ਤਰ੍ਹਾਂ ਹੀ ਹੁੰਦੇ ਮੁੰਡੇ ਨੂੰ ਲਿਆ ਕੇ ਫੜ ਕੇ ਅਤੇ ਲਏ ਨੇ। ਮੁਕੱਦਮਾ ਨੰਬਰ 21 ਮੇਰੇ ਪਾਸ ਪਾਲਾ ਸਿੰਘ ਮਦਈ ਨੇ ਕੰਪਲੇਂਟ ਕੀਤੀ ਸੀ ਕਿ SI ਓਮ ਪ੍ਰਕਾਸ਼ CIA ਪੁਲਿਸ ਨੇ ਉਸਦਾ ਮੋਟਰਸਾਈਕਲ ਜੋ ਨਜਾਇਜ਼ ਕਬਜ਼ੇ 'ਚ ਲਿਆ ਸੀ ਉਸ ਨੂੰ ਛੱਡਣ ਬਦਲੇ 10,000 ਰੁਪਈਏ ਲੈ ਉਸ ਪਾਸੋਂ ਸ਼ੇਰ ਸ਼ਾਹ ਵਾਲੀ ਚੌਂਕ ਲੈ ਰਿਹਾ ਸੀ ਜਿਸ ਨੂੰ ਅਸੀਂ ਰੰਗੇ ਹੱਥੀਂ ਕਬਜ਼ਾ। ਸਰ, ਇੱਕ ਜਿਹੜੀ ਇਹਦੇ ਘਰ ਰੇਡ ਮਾਰੀ ਹੈ ਸਬ ਇੰਸਪੈਕਟਰ ਦੇ ਘਰ, ਉਹ 'ਚ ਕੀ ਬਰਾਮਦਗੀ ਹੈ? ਇਹਦੇ ਘਰੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਬਰਾਮਦ। ਸੂਤਰਾਂ ਤੋਂ ਪਤਾ ਲੱਗਿਆ ਹੈ ਵੀ 4 ਪੇਟੀਆਂ ਸ਼ਰਾਬ ਦੀਆਂ ਨਜਾਇਜ਼ ਅਤੇ 1.5 ਗ੍ਰਾਮ ਹੀਰੋਇਨ ਬਰਾਮਦ ਕੀਤੀ। ਨਹੀਂ ਜੀ, ਇਸਦੇ ਘਰ ਦੇ ਵਿੱਚੋਂ ਕੋਈ ਇਤਰਾਜ਼ਯੋਗ ਚੀਜ਼ ਨਹੀਂ ਬਰਾਮਦ ਹੋਈ, ਲੇਕਿਨ ਜਿਹੜੀ ਹੈਰੋਇਨ 1.5 ਗ੍ਰਾਮ ਉਹ ਜਿਸ ਗੱਡੀ 'ਤੇ ਇਹ ਰਿਸ਼ਵਤ ਲੈਣ ਵਾਸਤੇ ਆਇਆ ਸੀ ਸ਼ੇਰ ਸ਼ਾਹ ਵਾਲੀ ਚੌਂਕ, ਉਸਦੇ ਡੈਸ਼ਬੋਰਡ ਵਿੱਚੋਂ ਬਰਾਮਦ ਹੋਈ ਸੀ, ਜੋ ਇਸ ਦੀ ਨਿਸ਼ਾਨਦੇਹੀ ਬਰਾਮਦ ਹੋਈ ਸੀ।